ਸਾਰਿਆਂ ਨੂੰ ਮੈਂ ਹਾਂ ਤੁਹਾਡੀ ਆਪਣੀ ਦੋਸਤ ਹਰਮਨ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਸਾਡਾ ਆਪਣਾ ਯੂਟਿਊਬ ਚੈਨਲ ਹੈ ਦਾ ਮੀਡੀਆ ਗਰਲਸ ਉਹਨੂੰ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਅਤੇ ਅੱਜ ਮੈਂ ਤੁਹਾਨੂੰ ਲੈ ਕੇ ਜਾਂਦੀ ਹਾਂ ਅੰਮ੍ਰਿਤਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਜਿੱਥੇ ਕਿ ਇੱਕ ਫੋਟੋ ਐਗਜੀਬਿਸ਼ਨ ਲੱਗਿਆ ਆ ਅਤੇ ਆਓ ਤੁਹਾਨੂੰ ਇੰਟਰੋਡਿਊਸ ਕਰਵਾਉਂਦੀ ਹਾਂ ਐਗਜੀਬਿਸ਼ਨ ਦੇ ਨਾਲ ਲੈ ਕੇ ਜਾਂਦੀ ਹਾਂ ਜਿੱਥੇ ਐਗਜੀਬਿਸ਼ਨ ਲੱਗਾ ਆ ਅਤੇ ਐਗਜੀਬਿਸ਼ਨ ਲੱਗਾ ਆ ਆਰਟਸ ਕੈਫੇ ਚਲੋ ਆ ਜਾਓ ਦੇਖਦੇ ਹਾਂ ਕੀ ਪ੍ਰਦਰਸ਼ਨੀ ਲੱਗੀ ਆ ਅਤੇ ਕੀ ਦੇਖਣ ਨੂੰ ਮਿਲਦਾ ਆ ਸੱਚ ਹੀ ਕਿਹਾ ਹੈ ਅ ਪਿਕਚਰ ਇਜ਼ ਵਰਥ ਅ ਥਾਊਜ਼ੈਂਡ ਵਰਡਸ ਜਿਵੇਂ ਕਿ ਆਪਾਂ ਪਿਕਚਰਸ ਦੇ ਰਾਹੀਂ ਬਹੁਤ ਸਾਰੀ ਇਨਫੋਰਮੇਸ਼ਨ ਪ੍ਰੋਵਾਈਡ ਕਰ ਸਕਦੇ ਹਾਂ ਅਤੇ ਅੱਜ ਦੀ ਇਹ ਪ੍ਰਦਰਸ਼ਨੀ ਵੀ ਬਹੁਤ ਸਾਰੀ ਇਨਫੋਰਮੇਸ਼ਨ ਪ੍ਰੋਵਾਈਡ ਕਰ ਰਹੀ ਹੈ ਜਾਣਦੇ ਹਾਂ ਐਗਜੀਬਿਸ਼ਨ ਬਾਰੇ ਅਤੇ ਗੱਲਬਾਤ ਕਰਦੇ ਹਾਂ ਐਗਜੀਬਿਸ਼ਨ ਕਿਉਂ ਲਗਾਇਆ ਗਿਆ ਹੈ ਅੱਜ ਦੀ ਐਗਜੀਬਿਸ਼ਨ ਇਹਦਾ ਮੇਨ ਪਰਪਸ ਇਹ ਹੈ ਕਿ ਜਿਹੜੀ 1984 ਦੇ ਵਿੱਚ ਨਸਲਕੁਸ਼ੀ ਹੋਈ ਸੀ ਸਿੱਖਾਂ ਦਾ ਕਤਲੇਆਮ ਹੋਇਆ ਸੀ ਜਿਹੜੇ ਉਹਦੇ ਵਿੱਚ ਨਜਾਇਜ਼ ਸਿੱਖ ਮਾਰੇ ਗਏ ਸੀ ਲੋਕਾਂ ਨੂੰ ਉਹਦੇ ਬਾਰੇ ਇਤਿਹਾਸ ਬਾਰੇ ਦੱਸਣ ਬਾਰੇ ਅਸੀਂ ਉਸ ਪਰਪਸ ਵਾਸਤੇ ਅੱਜ ਦੀ ਜਿਹੜੀ ਐਗਜੀਬਿਸ਼ਨ ਜਿਹੜੀ ਆ ਆਪਾਂ ਔਰਗਨਾਈਜ਼ ਕੀਤੀ ਆ ਆਪਾਂ ਵੇਖ ਰਹੇ ਹਾਂ ਕਿ ਵੱਡੀ ਗਿਣਤੀ 'ਚ ਲੋਕ ਬਾਹਰ ਜਾ ਰਹੇ ਨੇ ਲੋਕਾਂ ਨੂੰ ਆਪਣਾ ਪ੍ਰੋਪਰ ਇਤਿਹਾਸ ਨਹੀਂ ਪਤਾ ਮਤਲਬ ਕਿ ਜਿੰਨਾ ਵੀ ਆਪਾਂ ਦੇਸ਼ ਸਾਡਾ ਆਜ਼ਾਦ ਹੋਇਆ ਜਿਹਦੀ ਤੁਸੀਂ ਹਿਸਟਰੀ ਦੇਖੋਗੇ ਇਹਦੇ ਵਿੱਚ ਸਭ ਤੋਂ ਜ਼ਿਆਦੀਆਂ ਕੁਰਬਾਨੀਆਂ ਸਿੱਖਾਂ ਦੀਆਂ ਹੀ ਹੈ ਪਰ ਫਿਰ ਵੀ ਇਹਨਾਂ ਨੂੰ 2% ਕਹਿ ਕੇ ਹਾਸ਼ੀਅਤ ਰੱਖਿਆ ਜਾਂਦਾ ਇਹਨਾਂ ਨੂੰ ਵਿਤਕਰਾ ਕੀਤਾ ਜਾਂਦਾ ਚਾਹੇ ਤੁਸੀਂ ਦੇਖਦੇ ਹੋ ਕਿ ਆਹ ਪਿੱਛੇ ਜੇ ਆਪਣਾ ਲੰਘ ਕੇ ਗਿਆ ਸੀਗਾ ਕਿਸਾਨੀ ਅੰਦੋਲਨ ਚੱਲ ਰਿਹਾ ਸੀ ਇਹਦੇ ਖੇਤੀਬਾੜੀ ਦੇ ਕਾਨੂੰਨ ਲਾਗੂ ਕੀਤੇ ਗਏ ਕਿਉਂ ਜਿਹੜੀ ਚੀਜ਼ ਸਾਨੂੰ ਪਸੰਦ ਨਹੀਂ ਸਾਡੇ 'ਤੇ ਥੋਪੀ ਨਾ ਜਾਵੇ ਲੋਕਾਂ ਨੂੰ ਸਾਡੇ ਇਤਿਹਾਸ ਬਾਰੇ ਸਾਡੀਆਂ ਕੁਰਬਾਨੀਆਂ ਬਾਰੇ ਸਾਡੀ ਜਿਹੜੀ ਐਗਜਿਸਟੈਂਸ ਹੈ ਉਹਦੇ ਜਿਹੜਾ ਜਿੰਨਾ ਵੀ ਉਹਦੇ ਪਿੱਛੇ ਸੰਘਰਸ਼ ਹੈ ਉਸ ਸੰਘਰਸ਼ ਨੂੰ ਦੱਸਣ ਵਾਸਤੇ ਅਸੀਂ ਅੱਜ ਜਿਹੜੀ ਐਗਜੀਬਿਸ਼ਨ ਲਾਈ ਮਤਲਬ ਨੌਜਵਾਨਾਂ ਨੂੰ ਮਤਲਬ ਜਾਗਰੂਕ ਕਰਨ ਲਈ ਕਿ ਪਤਾ ਲੱਗੇ ਕਿ ਸਾਡੇ ਨਾਲ ਕੀ ਹੋਇਆ ਸਾਡੇ ਨਾਲ ਕੀ ਹੋਇਆ ਸੀ ਸਾਡਾ ਇਤਿਹਾਸ ਕਿੰਨਾ ਹੈ ਸਾਡੀਆਂ ਕੁਰਬਾਨੀਆਂ ਕਿੰਨੀਆਂ ਨੇ ਅਸੀਂ ਕੀ ਹਾਂ ਮਤਲਬ ਇਹ ਕਿ ਬਹੁਤ ਹੀ ਸੋਹਣਾ ਉਪਰਾਲਾ ਹੈ ਜਿਹੜਾ ਤੁਹਾਡੇ ਵੱਲੋਂ ਕੀਤਾ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ 'ਚ ਕੁਝ ਨਵਾਂ ਇੰਟਰਸਟਿੰਗ ਲੈ ਕੇ ਉਹਨੇ ਚਿਰ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਰੱਬ ਰੱਖਾ